चिट्ठी दूध वांगू जिंदगी बना दी मेरे सजने तू देख जगा दी। चिट्ठी दूध वांगू जिंदगी बना दी मेरे सजने तू देख जगा दी। तौबा तौबा मेरी शाफी तौबा मेरी तौबा तौबा मेरी शाफी रहमदा हुन ते बधा दे मेरे सुथड़े तू देख जगा दे। हथ रहमदा हुन ते बधा दे मेरे सुथड़े तू देख जगा दे। शाफी रोग अवलड़े ने मेरे आई लेके मैं दर ते तेरे। शाफी रोग अवलड़े ने मेरे आई लेके मैं दर ते तेरे। मेरी सुन ले दुआ के नेड़े लावा तेरे ही कर दे मैं फेरे। मेरे जीवन नु हुण तू सजा दे मेरे सुथड़े तू देख जगा दे। मेरे जीवन नु हुण तू सजा दे मेरे सुथड़े तू देख जगा दे। चिट्टे दूध वांगू जिंदगी बना दे मेरे सुथड़े तू देख जगा दे। चिट्टे दूध वांगू जिंदगी बना दे मेरे सुथड़े तू देख जगा दे। बाप अते बेटे अते रूह पाक दे नाम उते आमीन। ਸਾਡੇ ਪ੍ਰਭੂ ਯਿਸੂ ਮਸੀਹ ਦਾ ਫਜ਼ਲ ਖੁਦਾ ਬਾਪ ਦਾ ਪ੍ਰੇਮ ਤੇ ਰੂਹ ਪਾਕ ਦੀ ਸਾਂਝ ਤੁਹਾਡੇ ਨਾਲ ਹੋਵੇ ਅਤੇ ਤੁਹਾਡੀ ਰੂਹ ਨਾਲ ਵੀ ਹੋਵੇ। ਮਸੀਹ ਵਿੱਚ ਪਿਆਰੇ ਭੈਣਾਂ ਤੇ ਭਰਾਓ, ਕੈਥੋਲਿਕ ਮਸੀਹੀ ਇਮਾਨ ਖਾਸ ਤੌਰ 'ਤੇ ਉਹਨਾਂ ਆਦਮੀਆਂ ਅਤੇ ਔਰਤਾਂ ਦੁਆਰਾ ਕਾਇਮ ਕੀਤੀ ਗਈ ਇੱਕ ਮਿਸਾਲ ਹੈ ਜਿਨ੍ਹਾਂ ਨੇ ਪਵਿੱਤਰਤਾ ਖੁਦਾ ਦੀ ਆਗਿਆਕਾਰੀ ਅਤੇ ਵਚਨ ਦੇ ਅਨੁਸਾਰ ਆਪਣਾ ਜੀਵਨ ਬਤੀਤ ਕੀਤਾ ਹੈ। ਅਸਲ ਵਿੱਚ ਅਸੀਂ ਸਾਰੇ ਲੋਕ ਆਪਣੇ ਮਨ ਵਿੱਚ ਮਜ਼ਬੂਤ ਹੋਣ ਦੇ ਲਈ, ਪਵਿੱਤਰਤਾ ਵਿੱਚ ਹੋਰ ਵਧਣ ਦੇ ਲਈ, ਖੁਦਾ ਦੇ ਵਚਨ ਦੇ ਆਗਿਆਕਾਰ ਬਣਨ ਲਈ ਨਿਰੰਤਰ ਸੰਘਰਸ਼ ਕਰ ਰਹੇ ਹਾਂ। ਅਸੀਂ ਉਦੋਂ ਸਫਲ ਹੋਵਾਂਗੇ ਜਦੋਂ ਅਸੀਂ ਸੰਤਾਂ ਸੰਤਨੀਆਂ ਦੀ ਸੰਗਤ ਵਿੱਚ ਸ਼ਾਮਿਲ ਹੋਵਾਂਗੇ। ਕਹਿਣ ਦਾ ਭਾਵ ਕਿ ਸਾਡੇ ਵਿੱਚ ਇਹਨਾਂ 2000 ਸਾਲਾਂ ਤੋਂ ਉਹ ਸਾਰੇ ਭੈਣ ਭਰਾ ਜਿਨ੍ਹਾਂ ਨੇ ਆਪਣੇ ਮਸੀਹੀ ਇਮਾਨ ਨੂੰ ਸਹੀ ਤਰੀਕੇ ਨਾਲ ਜੀਆ ਹੈ, ਜਿਨ੍ਹਾਂ ਨੇ ਉਸ ਅਨੁਸਾਰ ਆਪਣਾ ਜੀਵਨ ਬਤੀਤ ਕੀਤਾ ਹੈ, ਉਹਨਾਂ ਸਾਰਿਆਂ ਨੂੰ ਸੰਤ ਅਤੇ ਸੰਤਨੀਆਂ ਹੋਣ ਦਾ ਰੁਤਬਾ ਪ੍ਰਾਪਤ ਹੋਇਆ ਹੈ। ਅੱਜ ਅਸੀਂ ਉਹਨਾਂ ਹੀ ਸੰਤਾਂ ਸੰਤਨੀਆਂ ਵਿੱਚੋਂ ਇੱਕ ਬਹੁਤ ਹੀ ਮਹਾਨ ਸੰਤ ਬਰਨਾਰਡ ਦੀ ਈਦ ਮਨਾ ਰਹੇ ਹਾਂ ਜੋ 11ਵੀਂ ਸਦੀ ਵਿੱਚ ਫਰਾਂਸ ਦੇਸ਼ ਦਾ ਸੀ। ਉਸਨੇ ਆਪਣੇ ਜੀਵਨ ਵਿੱਚ ਜੋ ਜਵਾਨੀ ਵਿੱਚ ਸੀ ਸਿੱਖਿਆ ਗ੍ਰਹਿਣ ਕੀਤੀ, ਹੌਲੀ 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 ਦੁਨਿਆਵੀ ਸਿੱਖਿਆ ਤੋਂ ਉਸਨੇ ਵਚਨ ਦੀ ਸਿੱਖਿਆ ਵੱਲ ਆਪਣਾ ਧਿਆਨ ਦੇਣਾ ਸ਼ੁਰੂ ਕੀਤਾ। ਇਸ ਤਰ੍ਹਾਂ ਹੌਲੀ ਹੌਲੀ ਉਸਨੇ ਆਪਣਾ ਜੀਵਨ ਸਮਰਪਿਤ ਕੀਤਾ ਅਤੇ ਉਸਨੇ ਇੱਕ ਸੰਨਿਆਸੀ ਬਣ ਕੇ ਆਪਣੇ ਆਪ ਦਾ ਅਤੇ ਨਾਲ ਹੀ ਬਹੁਤ ਸਾਰੇ ਭੈਣਾਂ ਭਰਾਵਾਂ ਦਾ ਜੀਵਨ ਪਰਿਵਰਤਿਤ ਕੀਤਾ।
ਪਿਆਰਿਓ ਇਹ ਜੋ ਸੰਤ ਅਤੇ ਸੰਤਨੀਆਂ ਹਨ ਇਹ ਸਾਡੇ ਲਈ ਮਿਸਾਲਾਂ ਹਨ ਜਿਹਦੀਆਂ ਉਦਾਹਰਣਾਂ ਹਨ ਜਿਨ੍ਹਾਂ ਨੂੰ ਅਸੀਂ ਦੇਖ ਕੇ ਇਹ ਕਹਿ ਸਕਦੇ ਹਾਂ ਕਿ ਮਸੀਹੀ ਜੀਵਨ ਨੂੰ ਜੀਣਾ ਮੁਸ਼ਕਿਲ ਹੈ ਔਖਾ ਹੈ ਪਰ ਅਸੰਭਵ ਨਹੀਂ ਹੈ ਜਿਸ ਤਰ੍ਹਾਂ ਉਹ ਸੰਤ ਬਣੇ ਹਨ ਅਸੀਂ ਵੀ ਉਸੇ ਰਾਹ 'ਤੇ ਚੱਲ ਕੇ ਉਹਨਾਂ ਮੁਸੀਬਤਾਂ ਦੁੱਖਾਂ ਨੂੰ ਉਹਨਾਂ ਦਾ ਸਾਹਮਣਾ ਕਰਕੇ ਅਸੀਂ ਵੀ ਉਹਨਾਂ ਵਾਂਗ ਸੰਤਾਂ ਸੰਤਨੀਆਂ ਦੀ ਸੰਗਤ ਵਿੱਚ ਸ਼ਾਮਿਲ ਹੋ ਸਕਦੇ ਹਾਂ ਆਓ ਅਸੀਂ ਆਪਣੇ ਆਪ ਨੂੰ ਤਿਆਰ ਕਰੀਏ ਆਪਣੇ ਕੀਤੇ ਗਲਤੀਆਂ ਗੁਨਾਹਾਂ ਨੂੰ ਮੰਨਦੇ ਹੋਏ ਸੱਚੇ ਦੇ ਨਾਲ ਪਛਤਾਵਾ ਕਰਦੇ ਹੋਏ ਪ੍ਰਭੂ ਕੋਲ ਮਾਫ਼ੀ ਮੰਗੀਏ ਅਤੇ ਆਖੀਏ ਮੈਂ ਇਕਬਾਲ ਕਰਦਾ ਹਾਂ ਪੂਰੀ ਕੁਦਰਤ ਵਾਲੇ ਖੁਦਾ ਅਤੇ ਤੁਹਾਡੇ ਅੱਗੇ ਐ ਪ੍ਰਭੂ ਤੇ ਭੈਣੋ ਕਿ ਮੈਂ ਸੋਚਣ ਨਾਲ ਬੋਲਣ ਨਾਲ ਕਰਨ ਨਾਲ ਅਤੇ ਅਣਗਹਿਲੀ ਨਾਲ ਬਹੁਤ ਗੁਨਾਹ ਕੀਤੇ ਆਪਣੇ ਦੋਸ਼ ਦੇ ਨਾਲ ਆਪਣੇ ਹੀ ਦੋਸ਼ ਦੇ ਨਾਲ ਆਪਣੇ ਬਹੁਤ ਵੱਡੇ ਦੋਸ਼ ਦੇ ਨਾਲ ਇਸ ਲਈ ਮੈਂ ਤਨ ਸਦਾ ਕੁਆਰੀ ਮਰੀਅਮ ਸਾਰਿਆਂ ਫਰਿਸ਼ਤਿਆਂ ਅਤੇ ਸੰਤਾਂ ਅਤੇ ਤੁਹਾਡੇ ਅੱਗੇ ਐ ਪ੍ਰਭੂ ਤੇ ਭੈਣੋ ਮੈਂ ਬੇਨਤੀ ਕਰਦਾ ਹਾਂ ਕਿ ਮੇਰੇ ਲਈ ਪ੍ਰਭੂ ਖੁਦਾ ਦੇ ਅੱਗੇ ਪ੍ਰਾਰਥਨਾ ਕਰੋ ਪੂਰੀ ਕੁਦਰਤ ਵਾਲਾ ਖੁਦਾ ਸਾਡੇ ਉੱਤੇ ਦਇਆ ਕਰੇ ਅਤੇ ਸਾਡੇ ਗੁਨਾਹਾਂ ਨੂੰ ਮਾਫ਼ ਕਰਕੇ ਸਾਨੂੰ ਸਦੀਵੀ ਜੀਵਨ ਤੱਕ ਪਹੁੰਚਾਵੇ ਆਮੀਨ ਐ ਪ੍ਰਭੂ ਦਇਆ ਕਰ ਐ ਪ੍ਰਭੂ ਦਇਆ ਕਰ ਐ ਮਸੀਹਾ ਦਇਆ ਕਰ ਐ ਮਸੀਹਾ ਦਇਆ ਕਰ ਐ ਪ੍ਰਭੂ ਦਇਆ ਕਰ ਐ ਪ੍ਰਭੂ ਦਇਆ ਕਰ ਅਸੀਂ ਪ੍ਰਾਰਥਨਾ ਕਰੀਏ ਐ ਖੁਦਾ ਤੂੰ ਆਪਣੀ ਕਲੀਸਿਆ ਲਈ ਸੰਤ ਬਰਨਾਰਡ ਨੂੰ ਇੱਕ ਰਹਿਬਰ ਬਣਾ ਕੇ ਭੇਜਿਆ ਜੋ ਇੱਕ ਚਾਨਣ ਵਜੋਂ ਜਾਗਦਾ ਅਤੇ ਚਮਕਦਾ ਸੀ ਬਖਸ਼ ਦੇ ਕਿ ਉਸ ਦੀ ਸਿਫਾਰਿਸ਼ ਨਾਲ ਅਸੀਂ ਵੀ ਰੂਹ ਦੀ ਅੱਗ ਨਾਲ ਭਰਪੂਰ ਹੋ ਜਾਈਏ ਅਤੇ ਚਾਨਣ ਦੀ ਸੰਤਾਨ ਵਾਂਗ ਜੀਵਨ ਗੁਜ਼ਾਰੀਏ ਸਾਡੇ ਪ੍ਰਭੂ ਯਿਸੂ ਮਸੀਹ ਤੇਰੇ ਬੇਟੇ ਦੇ ਰਾਹੀਂ ਜੋ ਤੇਰੇ ਨਾਲ ਰੂਹ ਪਾਕ ਦੀ ਏਕਤਾ ਵਿੱਚ ਇੱਕ ਖੁਦਾ ਜਿੰਦਾ ਤੇ ਰਾਜ ਕਰਦਾ ਹੈ ਸਦਾ ਤੋਂ ਸਦਾ ਤੀਕਰ ਆਮੀਨ ਪ੍ਰਭੂ ਤੁਹਾਡੇ ਦਿਲ ਵਿੱਚ ਤੇ ਜ਼ੁਬਾਨ ਤੇ ਹੋਵੇ ਤਾਂ ਯੋਗਤਾਨਾ ਤੁਸੀਂ ਖੁਦਾ ਦਾ ਵਚਨ ਸੁਣਾ ਸਕੋ ਬਾਪ ਅਤੇ ਬੇਟੇ ਅਤੇ ਰੂਹ ਪਾਕ ਦੇ ਨਾਂ ਉੱਤੇ ਆਮੀਨ ਪਾਠ ਪਹਿਲਾ ਹਿਜ਼ਕੀਏਲ ਨਬੀ ਦੀ ਪੁਸਤਕ ਉਸਦਾ 43 ਬਾਪ 1 ਤੋਂ 7 ਆਏ ਤੱਕ ਤਦ ਉਹ ਮਨੁੱਖ ਮੈਨੂੰ ਪੂਰਬੀ ਪਾਸੇ ਵੱਲ ਖੁੱਲ੍ਹਣ ਵਾਲੀ ਫਾਟਕ ਕੋਲ ਲੈ ਗਿਆ ਉੱਥੇ ਮੈਂ ਪੂਰਬ ਵੱਲੋਂ ਇਸਰਾਇਲ ਦੇ ਪਰਮੇਸ਼ਵਰ ਦੀ ਹਜ਼ੂਰੀ ਦਾ ਚਮਕਦਾ ਚਾਨਣ ਆਉਂਦਾ ਦੇਖਿਆ ਪਰਮੇਸ਼ਵਰ ਦੀ ਆਵਾਜ਼ ਸਮੁੰਦਰ ਦੀ ਗਰਜ ਵਰਗੀ ਸੀ ਅਤੇ ਧਰਤੀ ਉਸਦੇ ਚਾਨਣ ਨਾਲ ਚਮਕ ਉੱਠੀ ਸੀ ਇਹ ਦਰਸ਼ਨ ਉਸ ਦਰਸ਼ਨ ਵਾਂਗ ਸੀ ਜੋ ਮੈਂ ਉਸ ਸਮੇਂ ਦੇਖਿਆ ਸੀ ਜਦੋਂ ਪਰਮੇਸ਼ਵਰ ਯਰੂਸ਼ਲਮ ਨੂੰ ਨਾਸ਼ ਕਰਨ ਆਇਆ ਸੀ ਅਤੇ ਜੋ ਮੈਂ ਕਬਾਰ ਦਰਿਆ ਦੇ ਕੰਢੇ ਉੱਤੇ ਦੇਖਿਆ ਸੀ ਤਦ ਮੈਂ ਧਰਤੀ ਉੱਤੇ ਮੂਧੇ ਮੂੰਹ ਡਿੱਗ ਪਿਆ ਚਮਕਦਾ ਚਾਨਣ ਪੂਰਬੀ ਪਾਸੇ ਦੇ ਫਾਟਕ ਵਿੱਚੋਂ ਦੀ ਨਿਕਲ ਕੇ ਮੰਦਰ ਦੇ ਅੰਦਰ ਚਲਾ ਗਿਆ ਤਦ ਪ੍ਰਭੂ ਦਾ ਆਤਮਾ ਮੈਨੂੰ ਚੁੱਕ ਕੇ ਅੰਦਰਲੇ ਵਿਹੜੇ ਵਿੱਚ ਲੈ ਗਿਆ ਜਿੱਥੇ ਮੈਂ ਮੰਦਰ ਨੂੰ ਪ੍ਰਭੂ ਦੇ ਪ੍ਰਤਾਪ ਨਾਲ ਭਰੇ ਦੇਖਿਆ ਉਹ ਮਨੁੱਖ ਮੇਰੇ ਲਾਗੇ ਖੜ੍ਹਾ ਸੀ ਅਤੇ ਮੈਂ ਪ੍ਰਭੂ ਨੂੰ ਮੰਦਰ ਵਿੱਚੋਂ ਮੈਨੂੰ ਇਹ ਕਹਿੰਦੇ ਸੁਣਿਆ ਮਾਨਵ ਪੁੱਤਰ ਇੱਥੇ ਮੇਰਾ ਸਿਹਾਸਣ ਹੈ ਮੈਂ ਇੱਥੇ ਇਸਰਾਇਲੀ ਲੋਕਾਂ ਵਿਚਕਾਰ ਰਹਿੰਦਾ ਹਾਂ ਅਤੇ ਉਹਨਾਂ ਉੱਤੇ ਹਮੇਸ਼ਾ ਰਾਜ ਕਰਦਾ ਹਾਂ ਹੁਣ ਨਾ ਇਸਰਾਇਲੀ ਲੋਕ ਅਤੇ ਨਾ ਉਹਨਾਂ ਦੀ ਰਾਜਾ ਦੂਜੇ ਦੇਵਤਿਆਂ ਦੀ ਪੂਜਾ ਕਰਕੇ ਜਾਂ ਇਸ ਥਾਂ ਉੱਤੇ ਆਪਣੇ ਰਾਜਾ ਦੀਆਂ ਲਾਸ਼ਾਂ ਦਫਨਾ ਕੇ ਮੇਰੇ ਪਵਿੱਤਰ ਨਾਂ ਨੂੰ ਅਪਮਾਨਿਤ ਕਰਨਗੀ ਇਹ ਪ੍ਰਭੂ ਦੀ ਬਾਣੀ ਹੈ ਖੁਦਾ ਦਾ ਸ਼ੁਕਰ ਹੋਵੇ
भी बदकारी रखी है सारी अपने तो अगे खुदा साड़ी बदकारी रखी है सारी अपने तो अगे खुदा तेरा ही चेहरा रोशन है जेड़ा जानदा सब छुपे गुना तेरा ही चेहरा रोशन है जेड़ा जानदा सब छुपे गुना दिने असा सारे गम दे गुजारे कहने विच तेरी सदा दिने असा सारे गम दे गुजारे कहने विच तेरी सदा साड़ी बदकारी रखी है सारी अपने तो अगे खुदा साड़ी बदकारी रखी है सारी अपने तो अगे खुदा वचन तेरा है प्रभु जीवन की ज्योति है वचन तेरा है गुरु अनंत जीवन है वचन तेरा है प्रभु जीवन की ज्योति वचन तेरा है गुरु अनंत जीवन है दिव्य वचन तेरा भक्ति से सुन लूंगा मधुर वचन तेरा दिल से मैं मानूंगा वचन तेरा भक्ति से सुन लूंगा मधुर वचन तेरा दिल से मैं मानूंगा प्रभु तुहाडे नाल होवे अति तुहाडे रूह नाल भी होवे पाठ पवित्र अंजील दा सन्मति दे अनुसार तेरी वड़ियाई होवी ए प्रभु उस दा 23 अध्याय 1 तो 12 आयत तन येसु ने भीड़ नो अते अपने चेलियां नो कहा धर्म ग्रंथी अते फरीसी मूसा दी गद्दी उत्ते बैठे हन इस लई जो कुछ ओ तुहानू आखण उस उत्ते अमल करो अते उसकी पालना करो पर उन्हां दे कम्मां वर्गे तुसी ना करो क्योंकि वह सिखाते हैं पर आप उस उत्ते अमल नहीं करते वह भारी बोझ जो चुकने औखे हैं बनते हैं अते लोकां दे मोढ़ियां उत्ते रखते हैं पर आप उन्हां नूं हिलाउण लई अपनी एक उंगली तक भी नहीं लाउंदे वो अपने सारे काम लोक विखावे लई करदे हन वो अपने तवीतां नूं चौड़ा अते अपनियां चालरां नूं लंबा बणाउंदे हन वो दावतां विच प्रमुख थावां
ਅਤੇ ਸਿਨੇਗੋਗਾ ਵਿੱਚ ਅਗਲੀਆਂ ਕੁਰਸੀਆਂ ਅਤੇ ਚੌਂਕਾਂ ਵਿੱਚ ਸਲਾਮ ਕਰਵਾਉਣਾ ਅਤੇ ਜਨਤਾ ਕੋਲੋਂ ਰੱਬੀ ਯਾਨੀ ਗੁਰੂ ਜੀ ਅਖਵਾਉਣਾ ਪਸੰਦ ਕਰਦੇ ਹਨ। ਪਰ ਤੁਸੀਂ ਰੱਬੀ ਜਾਂ ਗੁਰੂ ਨਹੀਂ ਅਖਵਾਉਣਾ, ਕਿਉਂਕਿ ਤੁਹਾਡਾ ਗੁਰੂ ਇੱਕੋ ਹੀ ਹੈ ਅਤੇ ਤੁਸੀਂ ਸਾਰੇ ਭਰਾ ਹੋ। ਧਰਤੀ ਉੱਤੇ ਕਿਸੇ ਨੂੰ ਆਪਣਾ ਪਿਤਾ ਨਾ ਕਹਿਣਾ, ਕਿਉਂਕਿ ਤੁਹਾਡਾ ਇੱਕ ਹੀ ਪਿਤਾ ਹੈ ਜੋ ਸਵਰਗ ਵਿੱਚ ਹੈ। ਤੁਸੀਂ ਸਵਾਮੀ ਵੀ ਨਾ ਅਖਵਾਓ, ਕਿਉਂਕਿ ਤੁਹਾਡਾ ਇੱਕ ਹੀ ਸਵਾਮੀ ਹੈ ਯਾਨੀ ਮਸੀਹ। ਤੁਹਾਡੇ ਵਿੱਚੋਂ ਜੋ ਸਭ ਤੋਂ ਵੱਡਾ ਹੈ ਉਹ ਤੁਹਾਡਾ ਸੇਵਕ ਬਣੇ। ਜੋ ਕੋਈ ਆਪਣੇ ਆਪ ਨੂੰ ਵਡਿਆਉਂਦਾ ਹੈ ਉਹ ਨੀਵਾਂ ਕੀਤਾ ਜਾਵੇਗਾ, ਅਤੇ ਜੋ ਕੋਈ ਆਪਣੇ ਆਪ ਨੂੰ ਨੀਵਾਂ ਕਰਦਾ ਹੈ ਉਹ ਵਡਿਆਇਆ ਜਾਵੇਗਾ। ਪ੍ਰਭੂ ਦੀ ਪਾਕ ਅੰਜੀਲ। ਤੇਰੀ ਮਹਿਮਾ ਹੋਵੇ ਏ ਮਸੀਹਾ। ਅਸੀਂ ਵੀ ਪਿਆਰੇ ਭੈਣਾਂ ਅਤੇ ਭਰਾਓ, ਪਹਿਲੇ ਪਾਠ ਵਿੱਚ ਆਪਾਂ ਸੁਣਿਆ ਹਿਜਕਿਲ ਨਬੀ ਦੀ ਪੁਸਤਕ ਵਿੱਚੋਂ ਕਿਸ ਤਰ੍ਹਾਂ ਪ੍ਰਭੂ ਉਸਨੂੰ ਇੱਕ ਦਰਸ਼ਨ ਪ੍ਰਦਾਨ ਕਰਦਾ ਹੈ। ਉਹ ਦਰਸ਼ਨ ਉਸਨੂੰ ਖੁਦਾ ਦੀ ਹਿਕਲ ਵਿੱਚ ਪ੍ਰਾਪਤ ਹੁੰਦਾ ਹੈ ਅਤੇ ਪ੍ਰਭੂ ਉਸ ਉੱਤੇ ਇਹ ਜ਼ਾਹਰ ਕਰਦਾ ਹੈ ਕਿ ਉਸਦੇ ਘਰ ਦੀ ਯਾਨੀ ਕਿ ਹਿਕਲ ਦੀ ਮਹੱਤਤਾ ਕੀ ਹੈ, ਉਸਦੀ ਅਹਿਮੀਅਤ ਕੀ ਹੈ। ਪ੍ਰਭੂ ਉਸਨੂੰ ਕਹਿੰਦਾ ਹੈ, ਮੈਂ ਇਸ ਹਿਕਲ ਵਿੱਚ ਹਮੇਸ਼ਾ ਰਹਿੰਦਾ ਹਾਂ, ਇਸ ਦੇ ਰਾਹੀਂ ਮੈਂ ਆਪਣੀ ਕੌਮ ਦੇ ਲੋਕਾਂ ਵਿੱਚ ਵਾਸ ਕਰਦਾ ਹਾਂ, ਇੱਥੇ ਮੇਰਾ ਸਿੰਘਾਸਨ ਹੈ। ਯਾਨੀ ਕਿ ਪ੍ਰਭੂ ਉੱਥੇ ਹਮੇਸ਼ਾ ਮੌਜੂਦ ਹੈ, ਵਿਰਾਜਮਾਨ ਹੈ। ਸਾਨੂੰ ਕੀ ਲੋੜ ਹੈ? ਸਾਨੂੰ ਇਹ ਲੋੜ ਹੈ ਕਿ ਅਸੀਂ ਉੱਥੇ ਜਾਈਏ ਤਾਂ ਉਹਦੀ ਮੌਜੂਦਗੀ, ਉਹਦੀ ਹਜ਼ੂਰੀ ਨੂੰ ਮਹਿਸੂਸ ਕਰਨ ਦੀ ਕੋਸ਼ਿਸ਼ ਕਰੀਏ। ਜੇਕਰ ਆਪਾਂ ਉਸਨੂੰ ਮਹਿਸੂਸ ਕਰ ਸਕੇ ਤਾਂ ਇਸ ਦਾ ਮਤਲਬ ਸਾਡੇ ਵਿੱਚ ਇਮਾਨ ਵੱਧ ਰਿਹਾ ਹੈ। ਅਸੀਂ ਵਿਸ਼ਵਾਸ ਕਰਦੇ ਹਾਂ ਕਿ ਜਿਸ ਖੁਦਾ ਨੂੰ ਅਸੀਂ ਨਹੀਂ ਦੇਖ ਰਹੇ ਉਸਨੂੰ ਅਸੀਂ ਮਹਿਸੂਸ ਕਰ ਰਹੇ ਹਾਂ। ਇਸ ਕਰਕੇ ਪਿਆਰਿਓ, ਆਪਣੇ ਜੀਵਨ ਦੇ ਵਿੱਚ ਗਿਰਜੇ ਨੂੰ ਪਹਿਲ ਦਿਓ। ਬੇਸ਼ੱਕ ਅਸੀਂ ਘਰ ਬੈਠ ਕੇ ਵੀ ਪ੍ਰਾਰਥਨਾ ਕਰ ਸਕਦੇ ਹਾਂ, ਪਰ ਜਦੋਂ ਅਸੀਂ ਸਮੂਹਕ ਰੂਪ ਦੇ ਵਿੱਚ ਗਿਰਜੇ ਵਿੱਚ ਜਾਂਦੇ ਹਾਂ, ਖੁਦਾ ਦੇ ਘਰ ਵਿੱਚ ਜਾ ਕੇ ਪ੍ਰਾਰਥਨਾ ਕਰਦੇ ਹਾਂ, ਤਾਂ ਅਸੀਂ ਖੁਦਾ ਦੇ ਵਚਨ ਨੂੰ ਪੂਰਾ ਕਰਦੇ ਹਾਂ। ਵਿਵਸਥਾ ਸਾਰ ਦੀ ਪੁਸਤਕ 12 ਅਧਿਆਇ ਦੀ 5 ਐਤ, ਤੁਹਾਡੇ ਸਾਰੇ ਕਬੀਲਿਆਂ ਲਈ ਮੈਂ ਇੱਕ ਥਾਂ ਚੁਣਾਂਗਾ, ਤੁਸੀਂ ਸਾਰਿਆਂ ਨੇ ਉੱਥੇ ਆ ਕੇ ਹੀ ਮੇਰੇ ਨਾਂ ਦੀ ਆਰਾਧਨਾ ਕਰਨੀ ਹੈ। ਇਹ ਪ੍ਰਭੂ ਦਾ ਆਪਣਾ ਵਚਨ ਹੈ। ਜੋ ਅਸੀਂ ਘਰ ਬੈਠ ਕੇ ਦੁਆ ਕਰਦੇ ਹਾਂ ਸਾਡੀ ਪਰਸਨਲ ਪ੍ਰੇਅਰ ਹੈ, ਵਿਅਕਤੀਗਤ ਪ੍ਰਾਰਥਨਾ ਹੈ। ਜਦੋਂ ਅਸੀਂ ਗਿਰਜੇ ਵਿੱਚ ਆ ਕੇ ਪ੍ਰਾਰਥਨਾ ਕਰਦੇ ਹਾਂ ਉਹ ਇੱਕ ਸਮੂਹਿਕ ਪ੍ਰਾਰਥਨਾ, ਸਾਰੀ ਸੰਗਤ ਦੀ ਪ੍ਰਾਰਥਨਾ ਆ, ਅਤੇ ਉਸ ਸੰਗਤ ਵਿੱਚ ਸਾਡੇ ਖੂਨੀ ਰਿਸ਼ਤੇ ਨਹੀਂ ਹੁੰਦੇ। ਅਸੀਂ ਖੂਨੀ ਰਿਸ਼ਤਿਆਂ ਦੇ ਦਾਇਰੇ ਤੋਂ ਬਾਹਰ ਨਿਕਲ ਕੇ ਸੰਗਤ ਦਾ ਰੂਪ ਧਾਰਨ ਕਰਦੇ ਹਾਂ। ਉੱਥੇ ਸਾਡੇ ਵਿੱਚ ਇੱਕੋ ਹੀ ਰਿਸ਼ਤਾ ਹੈ, ਉਹ ਹੈ ਇਮਾਨ ਦਾ, ਵਿਸ਼ਵਾਸ ਦਾ। ਇਸ ਇੱਕੋ ਹੀ ਰਿਸ਼ਤੇ ਵਿੱਚ ਅਸੀਂ ਬੱਜ ਕੇ ਇੱਕ ਸੰਗਤ ਦਾ ਰੂਪ ਧਾਰਨ ਕਰਦੇ ਹਾਂ, ਅਤੇ ਸਾਰੇ ਇਕੱਠੇ ਹੋ ਕੇ ਜਿਸ ਤਰ੍ਹਾਂ ਸਵਰਗ ਵਿੱਚ ਸਾਰੇ ਫਿਸ਼ਤੇ ਪਾਕ ਲੋਕ ਜੋ ਉੱਥੇ ਪਹੁੰਚੇ ਹਨ ਉਹ ਖੁਦਾ ਦੀ ਮਹਿਮਾ ਵਡਿਆਈ ਸਾਰੇ ਇਕੱਠੇ ਹੋ ਕੇ ਕਰਦੇ ਹਨ, ਉਸੇ ਤਰ੍ਹਾਂ ਅਸੀਂ ਵੀ ਸੰਗਤ ਦੇ ਰੂਪ ਦੇ ਵਿੱਚ ਇਕੱਠੇ ਹੋ ਕੇ ਪ੍ਰਾਰਥਨਾ ਕਰਦੇ ਹਾਂ, ਖੁਦਾ ਦਾ ਧੰਨਵਾਦ ਕਰਦੇ ਹਾਂ, ਉਸਦੀ ਮਹਿਮਾ ਵਡਿਆਈ ਕਰਦੇ ਹਾਂ। ਅਤੇ ਪਿਆਰਿਓ, ਖੁਦਾ ਉਹਨਾਂ ਨੂੰ ਆਪਣੀ ਹਜ਼ੂਰੀ ਮਹਿਸੂਸ ਕਰਨ ਦਾ ਇੱਕ ਫਸਲ ਪ੍ਰਦਾਨ ਕਰਦਾ ਹੈ ਜਿਨ੍ਹਾਂ ਵਿੱਚ ਘਮੰਡ, ਹੰਕਾਰ, ਗਰੂਰ ਨਹੀਂ ਹੁੰਦਾ। ਹਮੇਸ਼ਾ ਉਹ ਨਿਮਾਣੇ ਲੋਕਾਂ ਨੂੰ ਜੋ ਆਪਣੇ ਆਪ ਦੇ ਵਿੱਚ ਬਹੁਤ ਹਲੀਮ ਹੁੰਦੇ ਆ, ਨਿਮਰ ਹੁੰਦੇ ਆ, ਉਹਨਾਂ ਲੋਕਾਂ 'ਤੇ ਖੁਦਾ ਜ਼ਿਆਦਾ ਮਿਹਰ ਕਰਦਾ ਆ, ਉਹਨਾਂ ਨੂੰ ਹਰ ਪ੍ਰਕਾਰ ਵਿੱਚ ਉਹਨਾਂ ਦੀ ਮਦਦ ਕਰਦਾ ਆ। ਅੱਜ ਦੇ ਵਚਨ ਵਿੱਚ ਪ੍ਰਭੂ ਸਾਨੂੰ ਇਹੀ ਕਹਿ ਰਿਹਾ ਅੰਜੀਲ ਦੇ ਵਿੱਚ ਕਿ ਤੁਸੀਂ ਆਪਣੇ ਆਪ ਨੂੰ ਦੇਖੋ, ਚਾਹੇ ਤੁਸੀਂ ਮਾਤਾ ਪਿਤਾ ਦੇ ਰੂਪ ਦੇ ਵਿੱਚ ਹੋ, ਜਾਂ ਸ਼ਾਇਦ ਤੁਸੀਂ ਟੀਚਰ ਹੋ ਜਾਂ ਅਧਿਆਪਕ ਹੋ, ਜਾਂ ਤੁਹਾਡਾ ਕੋਈ ਵੀ ਸਮਾਜ ਵਿੱਚ ਰੁਤਬਾ ਹੈ, ਉਹ ਰੁਤਬੇ ਦਾ ਤੁਸੀਂ ਮਾਣ ਨਾ ਕਰੋ। ਆਪਸ ਵਿੱਚ ਇੱਕ ਬਰਾਬਰ, ਇੱਕ ਸਮਾਨਤਾ ਰੂਪ ਵਿੱਚ ਰਹਿਣ ਦੀ ਕੋਸ਼ਿਸ਼ ਕਰੋ, ਅਤੇ ਦੂਜਿਆਂ ਉੱਤੇ ਆਪਣੇ ਰੁਤਬੇ ਦਾ ਅਧਿਕਾਰ ਜਾਂ ਰੋਬ ਨਾ ਜਮਾਓ। ਜਦੋਂ ਇੱਦਾਂ ਕਰਾਂਗੇ
तो साड़ी जो निम्रता है साढ़े जो हलीमी है अपने आप साढ़े छलकेगी अपने आप लोगों उत्ते जाहर होएगी। तो इदा के लोगों को ही प्रभु पसंद करता है जो हलीम होंगे जिन्हां विच हंकार नहीं होंदा। आओ सी इस फसल लई खुदा दे अगे प्रार्थना करिए। सर्वशक्तिमान पिता परमेश्वर असीं तुहाडी महिमा वडियाई करदे हाँ, धन्नवाद करदे हाँ इस दिन दे लई। खास तौर ते प्रार्थना करदे हाँ प्रार्थना पवन टीवी दे माध्यम राहीं खुदा दा वचन सुनने वाले सारे दर्शकों दे लई स्रोतियां दे लई। ऐ प्रभु जो भी भैन भरा इस टीवी चैनल दे राहीं थोड़े वचन सुनता है और वचन दे राही अनगिनत बरकतां हासिल करे प्रार्थना करन दा वरदान हासिल करे उस दे परिवार विच तुहाडियां बरकतां हमेशा कायम रहन। ऐ प्रभु असां सारिआं नूं जो असीं वचन सुनदे हाँ हमेशा अपने वचन अनुसार चलन दा वरदान बख्श। असीं इह मंगदे हाँ साडे खुदावन यीशु मसीह दे वसीले आमीन। सुलीवाल शाफी नजरां तेनू चढ़ावे ईसू सुलीवाल शाफी नजरां तेनू चढ़ावे गीत तेरे नाद शाफी लोकानू सुनावे गीत तेरे नाद शाफी लोकानू सुनावे दरबार में आया दिल नजराना नाल आया तेरे बिच दरबार में आया दिल नजराना नाल आया मेरे ते करे दसाया दुखा तो छूट जावा मेरी करे दसाया दुखा तो छूट जावे यीशु सुलीवाल शाफी नजराते नूं चढ़ावे नजराते नूं चढ़ावे नजराते नूं चढ़ावे। राव ते भैणों प्रार्थना करो कि मेरी अते तुहाडी इह कुरबानी पूरी कुदरत वाले खुदा बाप नूं कबूल होवे। प्रभु इस कुरबानी नूं तुहाडे हत्थां दे विच्चों आपणे नां दी उस्तत ते वडियाई लई अते साडी ते सारी पाक कलीसिया दे भली लई कबूल करे। ऐ प्रभु शांति अते एकता दा इह साकरमेंट असीं तैनूं चढ़ाउंदे होए संत बरनार्ड दी याद मनाउंदे हाँ उसने अपने वचना ते कर्मा राही कलीसिया विच सच्ची एकता ते सांझ नूं बनाए रखण लई अणथक मेहनत कीती। बख्श दे कि असीं वी उसदे नक्शे कदमां उत्ते चल के कलीसिया दे वफादार बच्चे बन जाइए साडे प्रभु यीशु मसीह दे राहीं आमीन। प्रभु तुहाडे नाल होवे अति तुहाडी रूह नाल भी होवे असीं अपने दिल प्रभु वल लगाओ असीं अपने दिल प्रभु वल लगाउंदे हां असीं अपने प्रभु खुदा दा धन्नवाद करिए ई सही अते योग है। ऐ प्रभु पवित्र बाप पूरी कुदरत वाले ते अकाल खुदा ए सचमुच सही अते योग है मुक्ति पाउण दा राह है कि असीं हर वेले अते हर थां यीशु मसीह अपने प्रभु दे राहीं तेरा धन्नवाद करिए। तो हाँ योग विच कलीसिया नवी ताजगी देने लई
ਉਹਨਾਂ ਆਦਮੀਆਂ ਅਤੇ ਔਰਤਾਂ ਨੂੰ ਚੁਣ ਲੈਂਦਾ ਹੈ ਜੋ ਪਵਿੱਤਰਤਾ ਵਿੱਚ ਅਵਲ ਹਨ ਅਤੇ ਤੇਰੇ ਨਾਂ ਬਦਲਣ ਵਾਲੇ ਪਿਆਰ ਦੇ ਜਿਉਂਦੇ ਗਵਾਹ ਹਨ। ਉਹ ਆਪਣੀ ਅਸੂਲੀ ਜ਼ਿੰਦਗੀ ਰਾਹੀਂ ਸਾਨੂੰ ਪ੍ਰੇਰਣਾ ਦਿੰਦੇ ਹਨ ਅਤੇ ਆਪਣੀ ਲਗਾਤਾਰ ਸਿਫਾਰਸ਼ੀ ਪ੍ਰਾਰਥਨਾ ਨਾਲ ਸਾਡੀ ਮਦਦ ਕਰਦੇ ਹਨ ਤਾਂ ਜੋ ਅਸੀਂ ਤੇਰੀ ਬਚਾਉਣ ਵਾਲੀ ਤਾਕਤ ਦਾ ਜ਼ਿੰਦਾ ਨਿਸ਼ਾਨ ਬਣ ਜਾਈਏ। ਇਸ ਲਈ ਹੁਣ ਅਸੀਂ ਸਾਰੇ ਫਰਿਸ਼ਤਿਆਂ ਅਤੇ ਸੰਤਾਂ ਸੰਤਨੀਆਂ ਸਣੇ ਤੇਰੀ ਵਡਿਆਈ ਦਾ ਗੀਤ ਲਗਾਤਾਰ ਗਾਉਂਦੇ ਹੋਏ ਇਹ ਪੁਕਾਰਦੇ ਹਾਂ, ਪਾਕ 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 ਲਸ਼ਕਰਾਂ ਦੇ ਪ੍ਰਭੂ ਖੁਦਾ, ਸਵਰਗ ਅਤੇ ਧਰਤੀ ਤੇਰੇ ਜਲਾਲ ਨਾਲ ਭਰਪੂਰ ਹਨ, ਉਚਾਈਆਂ ਵਿੱਚ ਹੋਸਨਾ। ਮੁਬਾਰਕ ਹੈ ਉਹ ਜੋ ਪ੍ਰਭੂ ਦੇ ਨਾਂ ਉੱਤੇ ਆਉਂਦਾ ਹੈ, ਉਚਾਈਆਂ ਵਿੱਚ ਹੋਸਨਾ। ਐ ਪ੍ਰਭੂ ਤੂੰ ਸੱਚਮੁੱਚ ਪਵਿੱਤਰ ਹੈ ਅਤੇ ਸਭ ਪਵਿੱਤਰਤਾ ਦਾ ਸੋਮਾ ਹੈ, ਇਸ ਲਈ ਅਸੀਂ ਬੇਨਤੀ ਕਰਦੇ ਹਾਂ ਕਿ ਜਿਸ ਤਰ੍ਹਾਂ ਤਰੇਲ ਪੈਂਦੀ ਹੈ ਉਸੇ ਤਰ੍ਹਾਂ ਤੂੰ ਆਪਣੇ ਰੂਪ ਆਗ ਨੂੰ ਭੇਜ ਕੇ ਇਹਨਾਂ ਨਸਰਾਨਿਆਂ ਨੂੰ ਪਵਿੱਤਰ ਕਰ ਤਾਂ ਜੋ ਇਹ ਸਾਡੇ ਲਈ ਸਾਡੇ ਪ੍ਰਭੂ ਯਿਸੂ ਮਸੀਹ ਦਾ ਬਦਨ ਅਤੇ ਲਹੂ ਬਣ ਜਾਵੇ। ਉਸਨੇ ਆਪਣੀ ਮਰਜ਼ੀ ਨਾਲ ਆਪਣੇ ਆਪ ਨੂੰ ਦੁਖ ਤਸੀਹਿਆਂ ਲਈ ਸੌਂਪਦੇ ਹੋਏ ਰੋਟੀ ਲਈ ਤੇਰਾ ਧੰਨਵਾਦ ਕਰਦਿਆਂ ਰੋਟੀ ਤੋੜੀ ਅਤੇ ਆਪਣੇ ਚੇਲਿਆਂ ਦੇ ਉੱਤੇ ਇਹ ਕਹਿੰਦੇ ਹੋਏ, ਤੁਸੀਂ ਸਾਰੇ ਇਹ ਲਵੋ ਅਤੇ ਇਸ ਵਿੱਚੋਂ ਖਾਵੋ, ਕਿਉਂ ਜੋ ਇਹ ਮੇਰਾ ਬਦਨ ਹੈ ਜਿਹੜਾ ਤੁਹਾਡੇ ਲਈ ਕੁਰਬਾਨ ਕੀਤਾ ਜਾਵੇਗਾ। ਇਸੇ ਤਰ੍ਹਾਂ ਭੋਜਨ ਕਰਨ ਤੋਂ ਬਾਅਦ ਉਸਨੇ ਪਿਆਲਾ ਲਿਆ, ਇੱਕ ਵਾਰ ਫਿਰ ਤੇਰਾ ਧੰਨਵਾਦ ਕਰਦਿਆਂ ਪਿਆਲਾ ਆਪਣੇ ਚੇਲਿਆਂ ਨੂੰ ਦਿੱਤਾ, ਇਹ ਕਹਿੰਦੇ ਹੋਏ, ਤੁਸੀਂ ਸਾਰੇ ਇਹ ਲਵੋ ਅਤੇ ਇਸ ਵਿੱਚੋਂ ਪੀਓ, ਕਿਉਂ ਜੋ ਇਹ ਮੇਰੇ ਲਹੂ ਦਾ ਪਿਆਲਾ ਹੈ, ਨਵੇਂ ਅਤੇ ਇਸ ਦੇ ਵੀ ਨੇਮ ਦਾ ਲਹੂ ਜੋ ਤੁਹਾਡੇ ਅਤੇ ਬਹੁਤਿਆਂ ਵਾਸਤੇ ਗੁਨਾਹਾਂ ਦੀ ਮਾਫ਼ੀ ਲਈ ਵਹਾਇਆ ਜਾਵੇਗਾ, ਮੇਰੀ ਯਾਦ ਵਿੱਚ ਇਹ ਕਰਿਆ ਕਰੋ। ਇਮਾਨ ਦਾ ਭੇਦ ਹੈ ਪ੍ਰਭੂ, ਅਸੀਂ ਤੇਰੀ ਮੌਤ ਦਾ ਐਲਾਨ ਕਰਦੇ ਹਾਂ ਅਤੇ ਤੇਰੇ ਜੀ ਉੱਠਣ ਦੀ ਮਨਾਦੀ ਕਰਦੇ ਹਾਂ ਜਦ ਤੱਕ ਤੂੰ ਫਿਰ ਆਵੇਂਗਾ। ਹੈ ਪ੍ਰਭੂ, ਅਸੀਂ ਇਸ ਨੂੰ ਤੇਰੀ ਮੌਤ ਅਤੇ ਉਹਦੇ ਜੀ ਉੱਠਣ ਦੀ ਯਾਦਗਾਰੀ ਨੂੰ ਮਨਾਉਂਦੇ ਹੋਏ ਤੈਨੂੰ ਜੀਵਨ ਦੀ ਰੋਟੀ ਅਤੇ ਮੁਕਤੀ ਦਾ ਪਿਆਲਾ ਚੜਾਉਂਦੇ ਹਾਂ। ਅਸੀਂ ਤੇਰਾ ਧੰਨਵਾਦ ਕਰਦੇ ਹਾਂ ਕਿਉਂ ਜੇ ਤੂੰ ਸਾਨੂੰ ਇਸ ਯੋਗ ਠਹਿਰਾਇਆ ਕਿ ਅਸੀਂ ਤੇਰੀ ਹਾਜ਼ੂਰੀ ਵਿੱਚ ਦਾਖਲ ਹੋ ਕੇ ਤੇਰੀ ਸੇਵਾ ਕਰੀਏ। ਅਸੀਂ ਹਲੀਮੀ ਨਾਲ ਦੁਆ ਕਰਦੇ ਹਾਂ ਕਿ ਮਸੀਹ ਦੇ ਬਦਨ ਅਤੇ ਲਹੂ ਵਿੱਚ ਹਿੱਸਾ ਲੈਣ ਦੁਆਰਾ ਅਸੀਂ ਰੂਹ ਪਾਕ ਦੇ ਰਾਹੀਂ ਏਕਤਾ ਵਿੱਚ ਬੱਝੇ ਰਹੀਏ। ਐ ਪ੍ਰਭੂ, ਸਾਰੀ ਧਰਤੀ ਉੱਤੇ ਫੈਲੀ ਹੋਈ ਆਪਣੇ ਕਲੀਸਿਆਂ ਨੂੰ ਯਾਦ ਕਰਨ ਅਤੇ ਉਸ ਤੋਂ ਸਾਡੇ ਸੰਤ ਪਾਪਾ ਫ੍ਰਾਂਸਿਸ, ਸਾਡੇ ਵਿਸ਼ਪਾ ਫ੍ਰੈਂਕੋ ਟਿਗਨੈਲੋ, ਸਾਰੇ ਪ੍ਰੋਹਤਾ, ਧਾਰਮਿਕ ਸਿਸਟਰਾਂ ਅਤੇ ਸਭ ਵਿਸ਼ਵਾਸੀ ਲੋਕਾਂ ਨਾਲ ਪਿਆਰ ਦੀ ਸੰਪੂਰਨਤਾ ਵਿੱਚ ਕਾਇਮ ਰੱਖ। ਸਾਡੇ ਭੈਣਾਂ ਭਰਾਵਾਂ ਨੂੰ ਵੀ ਯਾਦ ਕਰ ਜਿਹੜੇ ਜੀਵਠਿਆਂ ਦੀ ਉਮੀਦ ਨਾਲ ਸੌਂ ਗਏ ਹਨ ਅਤੇ ਉਹਨਾਂ ਸਾਰਿਆਂ ਨੂੰ ਵੀ ਜੋ ਤੇ ਰਹਿਮ ਵਿੱਚ ਮਰ ਗਏ ਹਨ, ਇਹਨਾਂ ਦਾ ਤੂੰ ਆਪਣੀ ਹਜ਼ੂਰੀ ਦੇ ਚਾਨਣ ਵਿੱਚ ਸਵਾਗਤ ਕਰ। ਐ ਪ੍ਰਭੂ, ਅਸੀਂ ਬੇਨਤੀ ਕਰਦੇ ਹਾਂ ਕਿ ਸਾਡੇ ਸਾਰਿਆਂ ਉੱਤੇ ਦਇਆ ਕਰ ਤਾਂ ਜੋ ਮੁਕੱਦਸ ਕੁਆਰੀ ਮਰੀਮ ਖੁਦਾ ਦੀ ਮਾਂ ਦੇ ਨਾਲ ਉਸੇ ਕੁਆਰੀ ਦੇ ਮੁਬਾਰਕ ਵਸਨ ਯੂਸਫ ਦੇ ਨਾਲ ਤੰਦ ਸੁਲਾ ਸੰਬਰਨਾਦ ਅਤੇ ਸਾਰੇ ਸੰਤਾਂ ਨਾਲ
ਜਿਨ੍ਹਾਂ ਨੇ ਸਾਰੇ ਯੁੱਗਾਂ ਵਿੱਚ ਤੈਨੂੰ ਖੁਸ਼ ਕੀਤਾ ਹੈ। ਅਸੀਂ ਇਸ ਦੇਵੀ ਜੀਵਨ ਦੇ ਵਾਰਸ ਹੋਣ ਦੇ ਹੱਕਦਾਰ ਬਣ ਜਾਵਾਂਗੇ ਅਤੇ ਤੇਰੇ ਬੇਟੇ ਯਿਸੂ ਮਸੀਹ ਦੇ ਰਾਹੀਂ ਤੇਰੀ ਵਡਿਆਈ ਅਤੇ ਉਸਤਤ ਕਰਾਂਗੇ। ਉਸਦੇ ਰਾਹੀਂ ਅਤੇ ਉਸਦੇ ਨਾਲ ਅਤੇ ਉਸਦੇ ਵਿੱਚ ਇਹ ਖੁਦਾ ਪੂਰੀ ਕੁਦਰਤ ਵਾਲੇ ਬਾਪ ਰੂਪਾਕ ਦੀ ਏਕਤਾ ਵਿੱਚ ਸਭ ਜਲਾਲ ਅਤੇ ਵਡਿਆਈ ਤੇਰੀ ਹੀ ਹੈ ਸਦਾ ਤੋਂ ਸਦਾ ਤੀਕ। ਆਮੀਨ। ਆਓ ਅਸੀਂ ਸਾਰੇ ਮਿਲ ਕੇ ਉਸੇ ਹੀ ਪ੍ਰਾਰਥਨਾ ਦੁਹਰਾਈਏ ਜੋ ਪ੍ਰਭੂ ਯਿਸੂ ਮਸੀਹ ਨੇ ਸਾਨੂੰ ਸਿਖਾਈ ਹੈ। ਐ ਸਾਡੇ ਬਾਪ ਜਿਹੜਾ ਤੂੰ ਅਸਮਾਨ ਉੱਤੇ ਹੈ, ਤੇਰਾ ਨਾਮ ਪਾਕ ਮੰਨਿਆ ਜਾਵੇ, ਤੇਰਾ ਰਾਜ ਆਵੇ, ਤੇਰੀ ਮਰਜ਼ੀ ਜਿਸ ਤਰ੍ਹਾਂ ਅਸਮਾਨ ਉੱਤੇ ਪੂਰੀ ਹੁੰਦੀ ਹੈ ਜ਼ਮੀਨ ਉੱਤੇ ਵੀ ਹੋਵੇ। ਸਾਡੀ ਰੋਜ਼ ਦੀ ਰੋਟੀ ਅੱਜ ਸਾਨੂੰ ਦੇ, ਸਾਡੇ ਕਸੂਰ ਸਾਨੂੰ ਮਾਫ਼ ਕਰ ਜਿਸ ਤਰ੍ਹਾਂ ਅਸੀਂ ਆਪਣੇ ਕਸੂਰਵਾਰਾਂ ਨੂੰ ਮਾਫ਼ ਕਰਦੇ ਹਾਂ, ਸਾਨੂੰ ਅਜਮਾਇਸ਼ ਵਿੱਚ ਨਾ ਪਾ ਸਗੋਂ ਬੁਰਿਆਈ ਤੋਂ ਬਚਾਓ। ਐ ਪ੍ਰਭੂ ਅਸੀਂ ਪ੍ਰਾਰਥਨਾ ਕਰਦੇ ਹਾਂ, ਸਭ ਬੁਰਾਈਆਂ ਤੋਂ ਸਾਨੂੰ ਬਚਾਓ, ਆਪਣੇ ਰਹਿਮ ਨਾਲ ਸਾਡੇ ਦਿਨਾਂ ਵਿੱਚ ਸ਼ਾਂਤੀ ਦੇ, ਤਾਂ ਜੋ ਤੇਰੇ ਦਿਆਂ ਦੀ ਮਦਦ ਨਾਲ ਅਸੀਂ ਹਮੇਸ਼ਾ ਗੁਨਾਹਾਂ ਤੋਂ ਮੁਕਤ ਰਹੀਏ ਅਤੇ ਹਰ ਮੁਸੀਬਤ ਤੋਂ ਸੁਰੱਖਿਅਤ ਰਹੀਏ। ਜਿਵੇਂ ਮੁਬਾਰਕ ਉਮੀਦ ਰੱਖਦੇ ਹੋਏ ਅਸੀਂ ਇਹ ਸਮਸੀ ਸਾਡੇ ਮੁਕਤੀਦਾਤੇ ਦੇ ਆਉਣ ਦੇ ਉਡੀਕ ਕਰਦੇ ਹਾਂ। ਕਿਉਂ ਜੋ ਰਾਜ ਕੁਦਰਤ ਅਤੇ ਜਲਾਲ ਯੁਗੋ ਯੁਗ ਤੇਰਾ ਹੀ ਹੈ। ਐ ਪ੍ਰਭੂ ਯਿਸੂ ਮਸੀਹ, ਤੂੰ ਆਪਣੇ ਰਸੂਲਾਂ ਨੂੰ ਆਖਿਆ, ਮੈਂ ਤੁਹਾਨੂੰ ਸ਼ਾਂਤੀ ਦਿੰਦਾ ਹਾਂ, ਆਪਣੀ ਸ਼ਾਂਤੀ ਮੈਂ ਤੁਹਾਨੂੰ ਪ੍ਰਦਾਨ ਕਰਦਾ ਹਾਂ। ਤੂੰ ਸਾਡੇ ਗੁਨਾਹਾਂ ਨੂੰ ਨਹੀਂ ਸਗੋਂ ਆਪਣੇ ਕਲੀਸਿਆਂ ਦੇ ਇਮਾਨ ਨੂੰ ਵੇਖ ਅਤੇ ਉਸ ਨੂੰ ਆਪਣੀ ਮਰਜ਼ੀ ਮੁਤਾਬਕ ਸ਼ਾਂਤੀ ਅਤੇ ਏਕਤਾ ਪ੍ਰਦਾਨ ਕਰ। ਤੂੰ ਜੇ ਜਿਉਂਦਾ ਅਤੇ ਰਾਜ ਕਰਦਾ ਹੈ ਸਦਾ ਤੋਂ ਸਦਾ ਤੀਕ। ਆਮੀਨ। ਪ੍ਰਭੂ ਦੀ ਸ਼ਾਂਤੀ ਸਦਾ ਤੁਹਾਡੇ ਨਾਲ ਹੋਵੇ ਅਤੇ ਤੁਹਾਡੀ ਰੂਹ ਨਾਲ ਵੀ ਹੋਵੇ। ਅਸੀਂ ਆਪ ਵਿੱਚ ਸ਼ਾਂਤੀ ਦਾ ਸਲਾਮ ਦੇਈਏ। ਐਲੀਲੀ ਖੁਦਾ ਦੀ, ਤੂੰ ਜਿਹੜਾ ਦੁਨੀਆ ਦੇ ਗੁਨਾਹ ਚੁੱਕ ਲੈਂਦਾ ਹੈ ਸਾਡੇ ਉੱਤੇ ਦਇਆ ਕਰ। ਐਲੀਲੀ ਖੁਦਾ ਦੀ, ਤੂੰ ਜਿਹੜਾ ਦੁਨੀਆ ਦੇ ਗੁਨਾਹ ਚੁੱਕ ਲੈਂਦਾ ਹੈ ਸਾਡੇ ਉੱਤੇ ਦਇਆ ਕਰ। ਐਲੀਲੀ ਖੁਦਾ ਦੀ, ਤੂੰ ਜਿਹੜਾ ਦੁਨੀਆ ਦੇ ਗੁਨਾਹ ਚੁੱਕ ਲੈਂਦਾ ਹੈ ਸਾਨੂੰ ਸ਼ਾਂਤੀ ਦੇ। ਵੇਖੋ ਖੁਦਾ ਦਾ ਲੀਲਾ। ਪ੍ਰਭੂ ਯਿਸੂ ਮਸੀਹ, ਇਹਨੂੰ ਵੇਖੋ ਜਿਹੜਾ ਦੁਨੀਆ ਦੇ ਗੁਨਾਹ ਚੁੱਕ ਲੈ ਜਾਂਦਾ ਹੈ। ਧੰਨ ਹਨ ਉਹ ਜਿਹੜੇ ਲੇਲੇ ਦੇ ਭੋਜ ਲਈ ਸੱਦੇ ਗਏ ਹਨ। ਐ ਪ੍ਰਭੂ, ਮੈਂ ਇਸ ਯੋਗ ਤਾਂ ਨਹੀਂ ਹਾਂ ਕਿ ਤੂੰ ਮੇਰੀ ਛੱਤ ਥੱਲੇ ਆਵੇਂ, ਪਰ ਇੱਕ ਹੀ ਸ਼ਬਦ ਆਖ ਤਾਂ ਮੇਰੀ ਰੂਹ ਚੰਗੀ ਹੋ ਜਾਵੇਗੀ।
सब नू बुलावे आलो निहाई बेपरवाही त्याग के पाई सब नू बुलावे आलो निहाई भक्त सुनहरी दवो नागवा प्यारा मसीहा दवे गाता आजा असी प्रार्थना करिए। ऐ प्रभु संत बरनार्ड दी ईर मनांदे हुए असी इस दिव्य जीवन दी रोटी विच हिस्सा लिया है, बख्श दे कि ये साडे बदन अते रूह नूं नवां करे तां जो संत बरनार्ड दी सिख्या नाल रोशन होके अते उस दे नमूने नाल प्रेरित होके असी भी मनुख बने तेरे शब्द दे प्यार विच वधदे जाइए। ओ जो जिंदा तेरे राज करदा है सदा तो सदा ते कर आमीन। प्रभु तुहाडे नाल होवे अते तुहाडी रूह नाल भी होवे। सर्वशक्तिमान खुदा बाप अते बेटा ते रूह पाक तुहानु सब नूं बरकत देवे आमीन। कुर्बानी चढ़ाई गई मसीह शांति विच जावो। खुदा दा शुक्र होवे। दुआ याद कर याद कर ऐ नहायत मेहरबान कुआरी मरियम पई कदे नहीं सुनया गया कि कोई भी तेरी पनाह लभदियां तेरी मदद चाहुंदियां तेरी सिफारिश मंगदियां तेतो कर ले गया होवे। ऐ कुआरी कुआरियां दी अते मेरी माँ इस तसल्ली नाल मैं तेरे को नस के आंदा हाँ अते तेरे अगे खलो के मैं गुनाह ही रोंदा हाँ। ऐ देताई हुई कलाम दी माँ तू मेरी अजान हो की ना जान सगो मेहरबानी नाल सुन अते कबूल कर आमीन। माँ मरियम शांति दी रानी साडी लई दुआ कर। Yeah.